ਪੰਜਾਬ ਸਰਕਾਰ ਦੀ ਪਿਛਲੀ ਨੋਟੀਫਿਕੇਸ਼ਨ ਤੋਂ ਬਾਅਦ ਸਭ ਦੇ ਮੂਹਰੇ ਉੱਤੇ ਇੱਕੋ ਸਵਾਲ ਸੀ ਅਨਾਉਂਸ ਕਰ ਦਿੱਤਾ ਪਰ ਐਗਜ਼ਾਮ ਕਦੋਂ ਸ਼ੁਰੂ ਹੋਣਗੇ ਔਰ ਅੱਜ ਮੈਂ ਤੁਹਾਨੂੰ ਇਹ ਦੱਸਦਿਆਂ ਖੁਸ਼ੀ ਹੁੰਦੀ ਹੈ ਕਿ ਪੰਜਾਬ ਵਕਫ ਬੋਰਡ ਨੇ ਅਨਾਉਂਸ ਕਰ ਦਿੱਤਾ ਹੈ ਕਿ ਐਗਜ਼ਾਮ ਸ਼ੁਰੂ ਹੋਣ ਲੱਗੇ ਨੇ ਔਰ ਪੰਜਾਬ ਵਕਫ ਬੋਰਡ ਦਾ ਐਗਜ਼ਾਮ 9 ਅਤੇ 10 ਨਵੰਬਰ ਨੂੰ ਹੋਣ ਲੱਗਿਆ ਹੈ ਇਹ ਨੋਟੀਫਿਕੇਸ਼ਨ ਹੈ ਪੰਜਾਬ ਬੋਰਡ ਦੀ 2 ਤਰੀਕ ਨੂੰ ਐਡਮਿਟ ਕਾਰਡ ਡਾਊਨਲੋਡ ਹੋ ਜਾਣਗੇ 9 ਨਵੰਬਰ ਤੇ 10 ਨਵੰਬਰ ਨੂੰ ਪੇਪਰ ਹੋਏਗਾ ਔਰ 11 ਨਵੰਬਰ ਨੂੰ ਆਨਸਰ ਕੀਜ਼ ਅਪਲੋਡ ਹੋ ਜਾਣਗੀਆਂ ਔਰ ਉਸ ਤੋਂ ਬਾਅਦ 24 ਤਰੀਕ ਨੂੰ ਜਿਹੜਾ ਸੀ ਰਿਜ਼ਲਟ ਆ ਜਾਏਗਾ ਔਰ ਮੈਰਿਟ ਲਿਸਟ ਜਿਹੜੀ ਹੈ ਉਹ 30 ਨਵੰਬਰ ਨੂੰ ਮੈਰਿਟ ਲਿਸਟ ਵੀ ਡਿਕਲੇਅਰ ਹੋ ਜਾਏਗੀ ਔਰ 15 ਦਸੰਬਰ ਨੂੰ ਟੈਂਟੇਟਿਵਲੀ ਇੰਟਰਵਿਊ ਦੀ ਡੇਟ ਵੇ ਫਿਕਸ ਕਰ ਦਿੱਤੀ ਗਈ ਹੈ। ਔਰ ਇਹ ਜਿਹੜੀ ਸ਼ੈਡਿਊਲ ਦਿੱਤਾ ਗਿਆ ਹੈ that is for accounts clerk, legal support assistant, npn only. ਜਿਹੜਾ ਟੈਸਟ ਸੈਕਸ਼ਨ ਆਫੀਸਰ, ਸਟੇਟ ਆਫੀਸਰ ਤੇ ਐਗਜ਼ੀਕਿਊਟਿਵ ਆਫੀਸਰ ਵਾਸਤੇ ਹੋਣਾ ਹੈ, ਰੈਂਟ ਕੰਟਰੋਲਰ ਵਾਸਤੇ ਹੋਣਾ ਹੈ, ਜਾਂ ਅ ਅਸਿਸਟੈਂਟ eo ਕਲਰਕ ਸੀਨੀਅਰ ਅਸਿਸਟੈਂਟ ਵਾਸਤੇ ਹੋਣਾ, ਉਹਦੇ ਵਾਸਤੇ ਡੇਟਾ ਹਾਲੇ ਆਉਣੀਆਂ ਨੇ। ਸੋ ਇਹ ਜਿਹੜਾ ਪੇਪਰ ਹੈ that is for accounts clerk लीगल सपोर्ट असिस्टेंट एनपीएन ओनली दैट मींस के टेक्निकल पेपरਾਂ ਦੇ ਜਿਹੜੇ ਪਾਰਟ ਹੈ ਉਹ ਪਹਿਲਾਂ ਸ਼ੁਰੂ ਹੋ ਗਿਆ ਤੇ ਜਿਹੜੇ ਕਾਮਨ ਪੇਪਰ ਨੇ ਜਿਹਦੇ ਵਿੱਚ ਸਾਰੇ ਕੈਂਡੀਡੇਟਸ ਅਪਲਾਈ ਕਰ ਸਕਦੇ ਸੀਗੇ ਉਹਨਾਂ ਦਾ ਪੇਪਰ ਹਾਲੇ ਥੋੜੇ ਦਿਨ ਹੋਰ ਲੱਗਣਗੇ ਉਹਦੀ ਨੋਟੀਫਿਕੇਸ਼ਨ ਆਉਣ ਨੂੰ ਸੋ ਵਾਂਸ ਅਗੇਨ ਤੁਹਾਨੂੰ ਸਾਰਿਆਂ ਨੂੰ ਇਹੀ ਤਾਕੀਦ ਕਿ ਜਲਦੀ ਤੋਂ ਜਲਦੀ ਆਪਣੀ ਤਿਆਰੀ ਤੁਹਾਡੀ ਪਹਿਲਾਂ ਹੋ ਚੁੱਕੀ ਹੈ ਔਰ ਹੋਰ ਉਸ ਨੂੰ ਸਿਰਫ ਫਾਈਨਲਾਈਜ਼ ਕਰੋ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਨੇ ਔਰ ਮੈਂ ਉਮੀਦ ਹੈ ਕਿ ਅਸੀਂ ਤੁਹਾਨੂੰ ਜਿਹੜਾ ਸਟੱਡੀ ਮਟੀਰੀਅਲ ਦਿੱਤਾ ਹੈ ਔਰ ਬਾਕੀ ਹੋਰ ਚੀਜ਼ਾਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਨੇ ਉਹਦੇ ਨਾਲ ਤੁਹਾਨੂੰ ਬਹੁਤ ਫਾਇਦਾ ਹੋਏਗਾ ਔਰ ਤੁਸੀਂ ਆਪਣੀ ਜ਼ਿੰਦਗੀ ਦੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋਵੋਗੇ